ਅੱਤਵਾਦੀ ਹਮਲੇ ਚ ਸ਼ਹੀਦ ਹੋਇਆ ਦੇਸ਼ ਦਾ ਇਹ ਜਵਾਨ, ਪਤਨੀ ਦੇ ਢਿੱਡ ਚ ਪਲ ਰਿਹਾ ਨੌਜਵਾਨ ਦਾ ਅੰਸ਼। ਖਬਰ ਸੁਣਦੇ ਹੀ ਪਤਨੀ ਹੋ ਗਈ ਬਿਮਾਰ। ਤਾਂ ਦੱਸ ਦੇ ਕਿ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਅੱਤਵਾਦੀਆਂ ਦੇ ਨਾਲ ਮੁੱਠਭੇੜ ਦੇ ਵਿੱਚ ਇਹ ਜਵਾਨ ਸ਼ਹੀਦ ਹੋ ਗਿਆ। ਇਸਦਾ ਨਾਮ ਪ੍ਰਦੀਪ ਹੈ, ਜੋ ਕਿ ਕਮਾਂਡੋ ਦੇ ਵਿੱਚ ਤੈਨਾਤ ਸੀ। ਤਾਂ ਤੁਹਾਨੂੰ ਦੱਸ ਦੇ ਕਿ 2015 ਦੇ ਵਿੱਚ ਇਹ ਸੈਨਾ ਦੇ ਵਿੱਚ ਭਰਤੀ ਹੋਇਆ ਸੀ। ਤਾਂ 2022 ਦੇ ਵਿੱਚ ਇਸਦਾ ਵਿਆਹ ਹੋਇਆ ਸੀ। ਤਾਂ 2 ਸਾਲ ਹੀ ਹਾਲੇ ਇਸਦੇ ਵਿਆਹ ਨੂੰ ਹੋਏ ਸੀ ਅਤੇ ਇਸਦੀ ਪਤਨੀ ਗਰਭਵਤੀ ਹੈ। ਤਾਂ ਜਦ ਹੀ ਇਸਦੇ ਸ਼ਹੀਦ ਹੋਣ ਦੀ ਖਬਰ ਘਰ ਪਹੁੰਚਦੀ ਹੈ ਤਾਂ ਇਸਦੀ ਪਤਨੀ ਦੀ ਹਾਲਤ ਖਰਾਬ ਹੋ ਜਾਂਦੀ ਹੈ, ਜਿਸ ਕਾਰਨ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪੈਂਦਾ। ਤਾਂ ਇਹ ਤਸਵੀਰਾਂ ਇਸਦੇ ਘਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਪਰਿਵਾਰ ਨੂੰ ਆਪਣੇ ਪੁੱਤ ਦੀ ਸ਼ਹਾਦਤ 'ਤੇ ਪੂਰਾ ਮਾਣ ਵੀ ਹੈ। ਤੁਹਾਨੂੰ ਦੱਸ ਦਈਏ ਕਿ ਆਪਣੇ ਮਾਤਾ ਪਿਤਾ ਦਾ ਇਹ ਇਕਲੌਤਾ ਪੁੱਤ ਸੀ। ਤਾਂ 2022 ਦੇ ਵਿੱਚ ਇਸਦਾ ਵਿਆਹ ਹੋਇਆ ਸੀ, ਤਾਂ ਹੁਣ ਇਸਦੀ ਪਤਨੀ ਪ੍ਰੈਗਨੈਂਟ ਸੀ। ਤਾਂ ਇਸਦੀ ਖਬਰ ਸੁਣਦੇ ਹੀ ਉਹ ਬਿਮਾਰ ਹੋ ਜਾਂਦੀ ਹੈ। ਤਾਂ ਹੁਣ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਦੀ ਉਮਰ ਮਹਿਜ਼ 27 ਸਾਲ ਸੀ। ਤਾਂ 27 ਸਾਲ ਦੀ ਉਮਰ 'ਚ ਹੀ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਗਾ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਅੱਤਵਾਦੀ ਹਮਲਾ ਹੋਇਆ ਸੀ ਕੁਲਗਾਮ ਦੇ ਵਿੱਚ, ਜਿੱਥੇ ਇਹ ਜਵਾਨ ਸ਼ਹੀਦ ਹੋ ਜਾਂਦਾ। ਤਾਂ ਹੁਣ ਦੱਸ ਦਈਏ ਕਿ ਇਸਦੇ ਘਰ ਵਿੱਚ ਅੱਜ ਇਸਦੀ ਮ੍ਰਿਤਕ ਦੇਹ ਆਵੇਗੀ, ਜਿੱਥੇ ਕਿ ਸੈਨਾ ਦੇ ਰੀਤੀ ਰਿਵਾਜਾਂ ਦੇ ਨਾਲ ਇਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਇਹ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਸੀ, ਜਿੱਥੇ ਕਿ ਹੁਣ ਪੂਰੇ ਪਿੰਡ ਦੇ ਵਿੱਚ ਜਿੱਥੇ ਸੋਗ ਦੀ ਲਹਿਰ ਹੈ, ਉੱਥੇ ਹੀ ਸ਼ਹਾਦਤ ਦੇ ਪੂਰਾ ਮਾਣ ਵੀ ਹੈ। ਹਮਾਰੇ ਲੈ ਕੇ ਨਾਮ ਰੋਸ਼ਨ ਕੀਆ, ਗਾਉਂ ਕਾ ਨਾਮ ਰੋਸ਼ਨ ਕੀਆ, ਉਹ ਦੇਸ਼ ਕੇ ਲਈ ਸ਼ਹੀਦ ਹੁਆ, ਇੱਕ ਫੌਜੀ ਕੇ ਮਾਂ ਕੋ ਬਾਪ ਕੋ ਇਸੇ ਬੜਾ ਗਰਵ ਨਹੀਂ ਹੋਤਾ, ਉਹ ਸ਼ਹੀਦ ਹੋ ਕਰਕੇ ਅਮਰ ਰਹੇ ਉਸਕਾ ਦੁਬਾਰਾ ਤੇ ਨਮੋਗਾ, ਹਮੇ ਆਪਣੇ ਬੇਟੇ ਪੇ ਬਹੁਤ ਗਰਵ ਹੈ। ਸੈਨਾ ਕੇ ਅਧਿਕਾਰੀਆਂ ਦੁਆਰਾ ਯਹਾਂ ਮੈਸੇਜ ਪਹੁੰਚਾਇਆ ਗਿਆ, ਰਾਤ ਕੋ ਹਮੇ ਇਸਕੀ ਸੂਚਨਾ ਮਿਲੀ, ਤੋ ਪੂਰਾ ਗਾਂਵ ਸ਼ੋਕ ਮੇ ਹੈ, ਹਮਾਰਾ ਬੇਟਾ ਦੇਸ਼ ਕੇ ਕਾਮ ਆਇਆ, ਮੈਂ ਵੀ ਫੌਜੀ ਹੂੰ, ਹਰ ਕੋਈ ਫੌਜੀ ਕੀ ਯਹੀ ਤਮੰਨਾ ਹੋਤੀ ਹੈ ਕਿ ਮੈਂ ਦੇਸ਼ ਕੇ ਕਾਮ ਆਊਂ। ये कुलगांव में था, पोस्टिंग कब से थी? 2015 से एक कमांडो कुलगांव में पोस्टिंग थी, उग्रवादियों के साथ लड़ते हुए हमारा बेटा देश के काम आया, हमें उस पर बहुत फक्र है। और ऐसी माँ जिसने ऐसे लाल को जन्म दिया, उससे भाग्यवान और बड़ी माता नहीं है, हम उसको आंखों में बिठाते हैं ऐसे माँ बाप को। नहीं, पेट तो हर कोई पालता है, लेकिन एक जो फौजी की माँ होती है और बाप होता है, उनका आदर सम्मान और फौजी का आदर सम्मान अलग ही होता है, हमें हमारे बेटे पे बहुत गर्व है। गुलगांव में जब सर्च ऑपरेशन चल रहा था, वहाँ पे मुठभेड़ थी, मुठभेड़ हो रखी, तो वहाँ पे मुठभेड़ के दौरान ही जब उन्होंने 4 आतंकवादियों को मार गिराया था, तो तब उसका उसको घायल हुए थे प्रदीप कुमार जी, तो तब उसको इंजर्ड होने के बाद में उसको हॉस्पिटल लेके गए थे, जहाँ पे वो शहीद होने का हमें पता चला। और अमरनाथ ये ऐसा, जैसे कि वो बता रहे थे कि टेररिस्टों की वहाँ पे इतनी वो थी कि वो अमरनाथ यात्रा को ही टारगेट करने के लिए आए थे, और सेना ने बहुत ही अच्छा सर्च ऑपरेशन चला करके उनको सभी को मार गिराया। आपका नाम? मेरा नाम जनक नैन, सरपंच जनवाड़ा।